ਸਤਿ ਸ਼੍ਰੀ ਅਕਾਲ ਦੋਸਤੋ, ਕਿੰਗ ਟੀ ਮੈਂ ਤੁਹਾਡਾ ਸਵਾਗਤ ਹੈ। ਮੈਂ ਉਪਿੰਦਰ ਸਿੰਘ ਤੁਹਾਡਾ ਦੋਸਤ ਅਤੇ ਹੋਸ਼ ਆ ਤੁਹਾਡੇ ਲਈ ਮੇਜਰ ਅਪਡੇਟ ਲੈ ਕੇ ਆਇਆ। ਇਹ ਅਪਡੇਟ ਦਿੱਤੀ ਗਈ ਹੈ ਡਾਇਰੈਕਟਰ ਚਿਰਾਗ ਰੂਪਾਰੇਲ ਵੱਲੋਂ। ਜੀ ਹਾਂ ਦੋਸਤੋ, ਚਿਰਾਗ ਰੂਪਾਰੇਲ ਜੀ ਨੇ ਅਨਾਊਂਸ ਕੀਤੀ ਇੱਕ ਨਵੀਂ ਬਾਲੀਵੁੱਡ ਮੂਵੀ ਜਿਸਦਾ ਟਾਈਟਲ ਹੈ ਯੇਹ ਸਾਲੀ ਆਸ਼ਕੀ, ਜੋ ਕਿ 22 ਨਵੰਬਰ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ ਥੀਏਟਰਾਂ ਵਿੱਚ। ਇਹਦੇ ਵਿੱਚ ਸਾਨੂੰ ਮੁੱਖ ਤੌਰ 'ਤੇ ਜੋ ਲੀਡ ਰੋਲ ਵਿੱਚ ਨਜ਼ਰ ਆਉਣਗੇ ਅਮਰੀਸ਼ ਪੁਰੀ ਜੀ ਦੇ ਗ੍ਰੈਂਡ ਸਨ, ਯਾਨੀ ਕਿ ਉਹਨਾਂ ਦੇ ਪੋਤੇ ਵਰਧਨ ਪੁਰੀ ਜੀ। ਸੋ ਦੋਸਤੋ, ਵਰਧਨ ਪੁਰੀ ਜੀ ਇਸ ਮੂਵੀ 'ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਸੋ ਦੋਸਤੋ, ਉਹਨਾਂ ਦੀ ਹੌਸਲਾ ਅਫਜ਼ਾਈ ਤਾਂ ਬਣਦੀ ਹੈ। ਸੋ ਦੋਸਤੋ, ਇਸ ਫਿਲਮ ਨੂੰ ਤੁਸੀਂ ਜ਼ਰੂਰ ਦੇਖਿਓ ਅਤੇ ਇਹਨਾਂ ਦੇ ਜੋ ਕੋਸਟਾਰ ਹਨ ਉਹ ਹਨ ਸ਼ਿਵਾ ਓਬਰਾਏ ਜੀ। ਸੋ ਦੋਸਤੋ, ਇਹ ਫਿਲਮ ਆਉਣ ਵਾਲੀ ਹੈ 22 ਨਵੰਬਰ ਨੂੰ। ਸੋ ਦੋਸਤੋ, ਇਹ ਸੀ ਅੱਜ ਦੀ ਅਪਡੇਟ। ਤੁਹਾਨੂੰ ਹੀ ਅਪਡੇਟ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਸੈਕਸ਼ਨਾਂ ਵਿੱਚ ਜ਼ਰੂਰ ਦੱਸਿਓ, ਅਤੇ ਕੌਣ ਕੌਣ ਵਰਧਨ ਪੁਰੀ ਜੀ ਦੀ ਇਹ ਡੈਬਿਊ ਮੂਵੀ ਦੇਖਣ ਜਾ ਰਿਹਾ ਹੈ ਸਾਨੂੰ ਕਮੈਂਟ, ਲਾਈਕ ਐਂਡ ਸ਼ੇਅਰ ਕਰਕੇ ਜ਼ਰੂਰ ਦੱਸਿਓ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।